ਨਮਸਤੇ ਤੋਂ ਸਲੋਗ ਦੇਖਾ ਦਿਓ ਜੇ ਕੇ ਮੀਡੀਆ ਤੇ ਹੂਨ ਬੇਲਾ ਹੈ ਡੋਗਰੀ ਚ ਕੋਰੋਨਾ ਵਾਇਰਸ ਦੇ ਲੇਖੇ ਜੋਖੇ ਦਾ ਇਹਦੇ ਕੰਨੇ ਕੰਨੇ ਇੱਕ ਵੱਡੀ ਖਬਰ ਵੀ ਹੈ ਜਿਹੜੀ ਕੁਝ ਚਿਰ ਪਹਿਲੇ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਗਵਰਨਮੈਂਟ ਪਾਸਿਆਂ ਇੱਕ ਕੋਵਿਡ ਰելիਫ ਕਰੀਏ ਇੱਕ ਵੈਬਸਾਈਟ ਕੱਢੀ ਹੈ ਜਿਹਦੇ ਕੰਨੇ ਤੋਂ ਸਲੋਗ ਬੈਡਸ ਹਸਪੀਟਲਸ ਐਂਡ ਯਾ ਨਈ ਐਂ ਉਹ ਚੈੱਕ ਕਰੀ ਸਕਦੇ ਹੋ ਆਕਸੀਜਨ ਕਿਹੜੇ ਕਿਹੜੇ ਕਿਹੜੀ ਕਿਹੜੀ ਜਗਾ ਮਿਲਨੀ ਆ ਉਹ ਚੈੱਕ ਕਰੀ ਸਕਦੇ ਹੋ ਇੱਕ ਬੜਾ ਅੱਛਾ ਸਟੈਪ ਹੈ ਇਹ ਸਟੈਪ ਕਾਬਲੇ ਤਾਰੀਫ ਹੈ ਤੇ ਇਸ ਵੈਬਸਾਈਟ ਦੇ ਉੱਪਰ ਗੱਲ ਕਰ ਗਏ ਤੇ ਵੈਬਸਾਈਟ ਮੈਂ ਆਪਰੇਟ ਕਰੀ ਵੀ ਦੱਸ ਗਾ ਕਿ ਕਿ ਇਸ ਵੈਬਸਾਈਟ ਉੱਪਰ ਆਦਾ ਹੈ ਤੇ ਤੁੰਦੀ ਪੂਰੀ ਹੈਲਪ ਕਰਗਾ ਕਿ ਜੇ ਅਗਰ ਕੋਈ ਵੀ ਆਖਦਾ ਹੈ ਕਿ ਭਾਈ ਬੈੱਡ ਨਹੀਂ ਹੈ ਤੇ ਤੂੰ ਉਸੇ ਵੈਬਸਾਈਟ ਉੱਤੇ ਸਾਹਮਣੇ ਖੋਲੋ ਤੇ ਦੱਸੋ ਆਈਕਲ 4G ਵੀ ਚਲਾਦਾ ਤੇ ਕੋਈ ਪਰੇਸ਼ਾਨੀ ਨਹੀਂ ਆਣੀ ਹੈ ਤੇ ਆਉਣ ਸ਼ੁਰੂ ਕਰਨੇ ਆ ਅੱਜ ਦਾ ਡੋਗਰੀ ਦਾ ਕੋਰੋਨਾ ਵਾਇਰਸ ਦਾ ਲੇਖਾ ਜੋਖਾ ਲੇਕਿਨ ਉਸ ਥਮਾ ਪਹਿਲੇ ਸਾਰਿਆਂ ਕੀ ਮੇਰੇ ਪਾਸੇ ਆ ਰਾਮ ਰਾਮ ਅੱਜ ਜਿਹੜੇ ਟੋਟਲ ਕੇਸਿਸ ਆਏ ਹੁੰਦਾ ਨੰਬਰ ਹੈ 4926 ਯਾਨੀ ਕਿ 5000 ਦੇ ਕਰੀਬ ਕੇਸ ਪੁੱਜੀ ਗਏ ਅੱਜ ਦੇ 1685 ਆਏ ਨੇ ਕੇਸ ਜੰਮੂ ਦੇ 3241 ਆਏ ਨੇ ਕਸ਼ਮੀਰ ਦੇ 2836 ਲੋਕ ਠੀਕ ਹੋਈ ਆਪਣੇ ਘਰ ਵੀ ਗਏ ਨੇ ਇਹ ਬੜੀ ਅੱਛੀ ਗੱਲ ਹੈ ਜਿੰਦੇ ਚ ਜੰਮੂ ਦੇ 1041 ਤੇ ਕਸ਼ਮੀਰ ਦੇ 1795 ਦੁਖਾ ਸਮਾਚਾਰ ਹੈ ਕਿ ਬੁੰਜਾ ਬੁੰਜਾ ਲੋਕਿਆਂ ਦਾ ਅਕਾਲ ਹੋ ਹੀ ਗਿਆ ਚੌਤੀ ਜੰਮੂ ਦੇ ਰਹਣ ਵਾਲੇ ਤੇ 18 ਕਸ਼ਮੀਰ ਦੇ ਹੁਣ ਥੋੜੀ ਟੋਟਲ ਕੇਸਿਸ ਹਨ 14686 ਜੰਮੂ ਦੇ ਕਸ਼ਮੀਰ ਦੇ 26980 ਤੇ ਟੋਟਲ ਹਨ 40000 ਦੇ 40 41000 ਦੇ ਕਰੀਬ ਹੁਣ ਕਰਨੇ ਆਸ ਗੱਲ ਡਿਸਟ੍ਰਿਕਟ ਵਾਈਜ਼ ਪਹਿਲੇ ਜੰਮੂ ਡਿਸਟ੍ਰਿਕਟ ਦੀ ਗੱਲ ਕਰਨੇ ਆ 617 ਕੇਸ ਆਇਆ ਜੰਮੂ ਥਮਾ ਉਦਮਪੁਰੋ 121 ਕੇਸ ਆਇਆ ਰਜੋਰੀ ਦੇ 232 ਕੇਸ ਆਇਆ ਡੋਡਾ ਦੇ ਲਗਭਗ ਕੁੰਜਾ ਕੇਸ ਆਏ ਕਠੂਆ ਦੇ 200 ਕੇਸ ਆਏ 131 ਕੇਸ ਆਇਨ ਸੰਬਾਦੇ 36 ਕੇਸ ਆਇਨ ਕਿਸ਼ਤਵਾੜ ਦੇ 124 ਆਇਨ ਪੁੰਛ ਦੇ 108 ਆਇਨ ਰਾਮਬੰਦ ਦੇ ਤੇ 83 ਆਇਨ 65 ਕੇਸ ਉਨ ਚੱਲਨੇ ਕਸ਼ਮੀਰ ਵਾਲੀ ਸਾਈਡ ਸ਼੍ਰੀਨਗਰ ਦੇ 1070 ਕੇਸ ਆਇਨ ਬਾਰਾਮੂਲਾ ਦੇ 300 ਲਗਭਗ 55 ਕੇਸ ਬੜਗਾਮ ਦੇ 605 ਪੁਲਵਾਮਾ ਦੇ 171 ਤਕੂ ਪਵਾੜਾ ਦੇ 124, ਅਨੰਤਨਾਗ ਦੇ 314, ਬਾਂਡੀਪੋਰਾ ਦੇ 90, ਗਾਂਦਰਬਲ ਦੇ 126, ਕੁਲਗਾਮ ਦੇ 218, ਸ਼ਪਈਆਂ ਇਲਾਕੇ ਦੇ 170 ਕੇਸ ਆਇਨ। ਬੜੇ ਜਿਆਦਾ ਕੇਸ ਆਇਨ। ਔਰ ਇੱਕ ਦੁਖਦ ਸਮਾਚਾਰ ਵੀ ਆਇਨ ਨੇ ਕੇਸ ਆਣਾ। ਉਹਨ ਜਿਹੜੀ ਇਹ ਵੈਬਸਾਈਟ ਕੱਢੀ ਐ ਸਰਕਾਰ ਪਾਸਿਆ। ਇਮਿਗੀ ਲੱਗਦਾ ਹੈ ਕਿ ਜਿਹੜਾ ਕੱਲ ਆ ਲਈ ਖਬਰ ਹੀ ਨਾ ਉਹਦੇ ਕੰਨੇ ਥੋੜਾ ਜਆ ਕੋਈ ਅਸਰ ਹੋਇਆ ਸਰਕਾਰ ਕੀ। ਜਿਹੜਾ ਲੋਕਾਂ ਕੀ ਬੈੱਡ ਨਹੀਂ ਮਿਲਾ ਰਹੇ ਹਨ ਦੇਖੋ ਜੀ ਇਹ ਜਿਹੜੀ ਵੈਬਸਾਈਟ ਕੱਢੀ ਹੈ ਇਹ ਆਫੀਸ਼ੀਅਲ ਜਕੇ ਕੋਵਿਡ ਦੀ ਵੈਬਸਾਈਟ ਹੈ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਪਾਸੇ ਕੱਢੀ ਗਈ ਦੀ ਹੈ ਇਹ ਵੈਬਸਾਈਟ ਤੁਸੀਂ ਸਰਚ ਕਰੀ ਸਕਦੇ ਹੋ Google ਉੱਪਰ ਲਿਖੋ covidrelief.jk.gov.in ਅਗਰ ਤੁਸੀਂ ਲਿਖਦੇ ਹੋ ਤੇ ਵੈਬਸਾਈਟ ਖੁੱਲੀ ਆਣੀ ਹੈ ਤੇ ਜਿਹੜੀ ਵੈਬਸਾਈਟ ਖੁੱਲੀ ਹੈ ਨਾ ਕੁਝ ਇਸ ਚਾਲੀ ਦੀ ਹੋਣੀ ਹੈ ਵੈਬਸਾਈਟ ਤੁਸੀਂ ਉਹਨੇ ਦੇਖੋ ਇਹ ਵੈਬਸਾਈਟ ਕਿਸ ਚਾਲੀ ਦੀ ਹੈ ਪਹਿਲੇ ਮੈਂ ਦੱਸਣਾ ਇਸ ਵੈਬਸਾਈਟ ਦੇ ਬਾਰੇ ਪੂਰਾ ਇਹ ਤੂੰ ਦੇਖੋ ਇਹ ਕੋਈ ਇਸ ਚੱਲਦੀ ਹੋਣੀ ਹੈ ਵੈਬਸਾਈਟ ਹੈ ਥੋੜਾ ਤੂੰ ਜੇ ਅਪਰੇਟ ਕਰਨ ਤੇ ਪ੍ਰੋਬਲਮ ਆਏ ਤੇ ਇਹ ਕੋਵਿਡ ਰելիਫ ਜਕੇ ਵੈਬਸਾਈਟ ਹੈ ਇਹ ਖੁੱਲਣੀ ਹੈ ਇਹਦੇ ਚ ਲਿਖਿਆ ਹੈ ਜਿਵੇਂ ਪਹਿਲੇ ਵੈਕੈਂਟ ਬੈਡਸ ਟਰੈਕਰ ਯਾਨੀ ਕਿ ਜਿਹੜੇ ਲੋਕਾਂ ਦੀ ਬੈਡਸ ਦੀ ਪ੍ਰੋਬਲਮ ਆਦੀ ਕਿੰਨੇ ਕਿੰਨੇ ਬੈਡਸ ਹਨ ਉਹ ਜਾਣਕਾਰੀ ਮਿਲਣੀ ਹੈ ਇਹਦੇ ਚ ਉਹਦੇ ਬਾਅਦ ਆਕਸੀਜਨ ਅਵੇਲੇਬਿਲਟੀ ਕਿ ਆਕਸੀਜਨ ਹੈ ਵੀ ਹੈ ਨਹੀਂ ਫਿਰ ਉਦੇਵਾਰ ਡਿਸਟ੍ਰਿਕਟ ਐਲਪਲਾਈਨ ਨੰਬਰ ਫਿਰ ਫੀਲਿੰਗ ਸਪਟੋਮੈਟਿਕ ਅਗਰ ਕਿਸੇ ਕੀ ਲੱਗਾ ਦਾ ਕੋਈ ਪ੍ਰੋਬਲਮ ਚਾ ਤੇ ਉਹ ਇਸ ਬਟਨ ਉਪਰ ਕਲਿੱਕ ਕਰੀ ਸਕਦਾ ਹੈ ਫਿਰ ਅਫੀਸ਼ਰ ਇਨਫੋਰਮੇਸ਼ਨ ਸਰਕਾਰੀ ਜਾਣਕਾਰੀ ਫਿਰ ਮੈਡੀਕਲ ਕੰਸਲਟੇਸ਼ਨ ਫਿਰ ਅਗਰ ਕੋਈ ਰਿਕਵੈਸਟ ਕਰੀ ਸਕਦਾ ਹੈ ਪਲਾਜ਼ਮਾ ਲਈ ਇਹ ਸਾਰੀ ਚੀਜ਼ਾਂ ਨੂੰ ਉਹ ਅਸਚਾ ਕਰਨੇ ਪਹਿਲੇ ਬੈਡਸ ਉਨ ਦੋਸ ਦੇਖੋ ਇਹ ਬੈਡ ਇਹ ਇਹ ਜਿਹੜੇ ਬੈਡ ਹਨ ਇਹ ਹਰ ਇਲਾਕੇ ਦੇ ਬੈਡ ਆਨ ਅਨੰਤਨਾਗ ਬਾਂਡੀਪੋਰਾ ਬਾਰਾਮੂਲਾ ਬੜਗਾਮ ਡੋਡਾ ਗਾਂਦਰਬਲ ਜੰਮੂ ਕਠੂਆ ਕਿਸ਼ਤਵਾੜ ਕੁਲਗਾਮ ਅੱਛਾ ਇਹਦੇ ਬਾਅਦ ਤੂੰ ਸਾਓ ਕਪਵਾੜਾ ਪੁਂਚ ਪੁਲਵਾਮਾਰ ਜੋਰੀ ਰਿਆਸੀ ਸਾੰਬਾ ਸ਼ੋਪੀਆਂ ਤੇ ਉਹਦੇ ਬਾਅਦ ਸ਼੍ਰੀਨਗਰ ਉਦਮਪੁਰ ਚਲੋ ਆਸ ਚੈੱਕ ਕਰਨੇ ਜੰਮੂ ਦੇ ਬੈਡ ਇਹ ਹੁਣ ਜੰਮੂ ਪਰ ਕਲਿੱਕ ਕੀਤਾ ਉਹਨੇ ਜੰਮੂ ਦੇ ਬੈਡ ਖੁੱਲ ਗਏ ਹੁਣ ਤੋਂ ਸਪਹਿਲੇ ਦੇਖੋ ਗਵਰਨਮੈਂਟ ਮੈਡੀਕਲ ਕਾਲਜ ਜੰਮੂ ਚ ਇਸ ਲਈ 28 ਬੈਡ ਖਾਲੀ ਨੇ ਤੇ ਦੋ ਬੈਡ ਵੇਕੈਂਟ ਪਏ ਨੇ ਆਈਸੀਯੂ ਦੇ ਜਸਟ ਦੇ ਡਿਸੀਜ਼ ਹਸਪੀਟਲ ਚ 23 ਬੈੱਡ ਖਾਲੀ ਪਏ ਦਨ 2 ਆਈਸੀਯੂ ਦੇ ਪਏ ਦਨ ਗਵਰਨਮੈਂਟ ਗਾਂਧੀ ਨਗਰ ਨਿਊ ਬਲਾਕ ਐਮਸੀਐਚਾ ਜਿਹੜਾ ਮਾਟਰਨਿਟੀ ਚਾਈਲਡ ਹਸਪੀਟਲ ਉੱਥੇ 77 ਬੈੱਡ ਖਾਲੀ ਪਏ ਦਨ ਫਿਰ ਗਾਂਧੀ ਨਗਰ ਦਾ 올ਡ ਬਲਾਕ ਹੈ ਜਿਹੜਾ ਉਹਦੇ 4 ਬੈੱਡ ਖਾਲੀ ਪਏ ਦਨ ਆਈਸੀਯੂ ਦੇ 8 ਪਏ ਦਨ ਐਸਕੌਮ ਚ 46 ਬੈੱਡ ਪਏ ਦਨ ਖਾਲੀ ਤੇ ਇੱਕ ਪਏ ਦਾ ਆਈਸੀਯੂ ਬੈੱਡ ਤੇ ਐਸਡੀਐਚ ਕੋਰਟ ਪਲਵਾਲ ਚ ਇਸ ਲਈ 72 ਬੈੱਡ ਖਾਲੀ ਪਏ ਦਨ ਇਹ ਬੜੀ ਅੱਛੀ ਇਨਫੋਰਮੇਸ਼ਨ ਹੈ ਅ ਇਹਦੇ ਕਰਨੇ ਕਰਨੇ ਅਸ ਚਲੋ ਕਠੂਆ ਚੈੱਕ ਕਰਨੇ ਆ ਇਹਨ ਕਠੂਆ ਚੈੱਕ ਕੀਤਾ ਕਠੂਆ ਚ ਗਵਰਨਮੈਂਟ ਮੈਡੀਕਲ ਕਾਲਜ ਕਠੂਆ ਚਾਰ ਬੈੱਡ ਪੇ ਦੇਨ ਇੱਕ ਆਈਸੀਯੂ ਬੈੱਡ ਪੇ ਦਾ ਬਸੋਲੀ ਸੀਐਸਸੀ 14 ਬੈੱਡ ਪੇ ਦੇਨ ਫਿਰ ਜੀ ਪਰੋਲ ਨਗਰੀ ਚ ਸੀਐਸਸੀ 30 ਬੈੱਡ ਪੇ ਦੇਨ ਚਲੋ ਇਹਦੇ ਬਾਅਦ ਕੁਝ ਹੋਰ ਚੈੱਕ ਕਰਨੇ ਆ ਸੰਬਾ ਚੈੱਕ ਕਰਨੇ ਆ ਇਹ ਡਿਸਟ੍ਰਿਕਟ ਹਸਪੀਟਲ ਸੰਬਾ ਜੀ ਇਥੇ 40 ਬੈੱਡ ਖਾਲੀ ਪੇ ਦੇਨ ਇਦੇ ਕੰਨੇ ਕੰਨੇ ਇਹ ਐਚ ਗਗਵਾਲ ਸਾੰਬਾ ਇੱਥੇ ਵੀ 16 ਬੈੱਡ ਖਾਲੀ ਪਏ ਦਨ ਚਲੋ ਉਹਨਾਂ ਸ ショਪੀਆਂ ਚੈੱਕ ਕਰਨੇ ਸ਼੍ਰੀਨਗਰ ਵਿੱਚ ਸ਼੍ਰੀਨਗਰ ਤੁਸੀਂ ਦੇਖੋ ショਪੀਆਂ ਚ ショਪੀਆਂ ਚ ਇਹ ਡਿਸਟ੍ਰਿਕਟ ਹਸਪੀਟਲ ショਪੀਆਂ ਏ ਐਮ ਟੀ ਸਕੂਲ ਇੱਥੇ ਵੀ ਲਗਭਗ 79 ਬੈੱਡ ਖਾਲੀ ਪਏ ਦਨ ਆਈ ਸੀ ਯੂ ਦੇ 4 ਬੈੱਡ ਖਾਲੀ ਪਏ ਦਨ ਰਜੋਰੀ ਚ ਚੈੱਕ ਕਰ ਰਹੇ ਆ ਰਜੋਰੀ ਚ ਗਵਰਨਮੈਂਟ ਕਾਲਜ ਹੈ ਰਜੋਰੀ ਦਾ ਇੱਥੇ 4 ਬੈੱਡ ਖਾਲੀ ਪਏ ਦਨ 9 ਆਈ ਸੀ ਯੂ ਬੈੱਡ ਪਏ ਦਨ ਉਦਮਪੁਰ ਚ ਚੈੱਕ ਕਰਨੇ ਆ ਇਹ ਉਦਮਪੁਰ ਦਾ ਉਦਮਪੁਰ ਚ ਡਿਸਟ੍ਰਿਕਟ ਹਸਪੀਟਲ ਉਦਮਪੁਰ ਚ 2 ਬਾਈ ਬੈਡ ਖਾਲੀ ਪਏ ਦਨ 8 ਆਈਸੀਯੂ ਦੇ ਪਏ ਦਨ ਇਹਦੇ ਬਾਅਦ ਤੁਸੀਂ ਦੇਖੋ ਸੀਐਚਸੀ ਚਨੈਨੀ ਚ 50 ਬੈਡ ਖਾਲੀ ਪਏ ਦਨ ਸੀਐਚਸੀ ਰਾਮਗੜ੍ਹ ਚ 20 ਬੈਡ ਖਾਲੀ ਪਏ ਦਨ ਉਨਸ ਚੈੱਕ ਕਰਨੇ ਸ਼੍ਰੀਨਗਰ ਦੇ ਸ਼੍ਰੀਨਗਰ ਦੇਖੋ ਐਸਐਮਐਚਐਸ ਹਸਪੀਟਲ ਚ 21 ਬੈਡ ਖਾਲੀ ਪਏ ਦਨ ਫਿਰ ਐਸਐਮਐਚਐਸ ਸਕੀਮਸ ਸੋਰਾ ਚ ਦੇਖੋ ਕੋਈ ਬੈਡ ਨਹੀਂ ਖਾਲੀ ਪਿਆ ਦਾ ਸੀਡੀ ਹਸਪੀਟਲ ਸ਼੍ਰੀਨਗਰ ਕੋਈ ਬੈਡ ਨਹੀਂ ਖਾਲੀ ਹੈ ਸ਼੍ਰੀਨਗਰ ਸਕੀਮਸ ਬੈਮੀਨਾਚ 69 ਬੈਡ ਖਾਲੀ ਪਏ ਦਨ ਜੀ ਐਲ ਐਨ ਐਮ ਹਸਪੀਟਲ ਦੇ 26 ਬੈਡ ਖਾਲੀ ਪਏ ਦਨ ਉਹਦੇ ਬਾਅਦ ਉਸ ਕਸ਼ਮੀਰ ਨਰਸਿੰਗ ਓਮ ਦੇਖੋ 13 ਬੈਡ ਖਾਲੀ ਪਏ ਦਨ ਇਹ ਬੜੀ ਚੰਗੀ ਇਨਫੋਰਮੇਸ਼ਨ ਹੈ ਇਹ ਸਾਰੇ ਬੈਡ ਬਾਰੀ ਬਾਰੀ ਤੇ ਜਾਂ ਡੋਡਾ ਦੇਖੋ ਡੋਡਾ ਦਾ ਗਵਰਨਮੈਂਟ ਮੈਡੀਕਲ ਕਾਲਜ ਡੋਡਾ ਦੇ 15 ਬੈਡ ਖਾਲੀ ਪਏ ਦਨ ਸੀ ਐਚ ਸੀ ਪਾ ਦਰਵਾਜ 23 ਬੈਡ ਖਾਲੀ ਪਏ ਦਨ ਪੁੰਛ ਦੇਖਨੇ ਆ ਪੁੰਛ ਡਿਸਟ੍ਰਿਕਟ ਹਸਪੀਟਲ ਦੇਖੋ ਜੀ 31 ਬੈਡ ਖਾਲੀ ਪਏ ਦਨ ਦੋ ਆਈ ਸੀ ਯੂ ਬੈਡ ਵੀ ਆਣ ਸੀਐਸਸੀ ਮੇਂਡਰ ਚ 24 ਬੈੱਡ ਖਾਲੀ ਪਏ ਦੇਨ 26 ਬੈੱਡ ਸੂਰਨ ਕੋਟ ਚ ਪਏ ਦੇਨ 26 ਬੈੱਡ ਖਾਲੀ ਓਨ ਦੇਖੋ ਰਜੋਰੀ ਦੇਖੋ ਤੁਸ ਗਵਰਨਮੈਂਟ ਹਸਪੀਟਲ ਰਜੋਰੀ ਚ 4 ਬੈੱਡ ਖਾਲੀ ਪਏ ਦੇਨ ਬੜੀ ਅੱਛੀ ਇਨਫੋਰਮੇਸ਼ਨ ਹੈ ਔਰ ਇਸ ਇਨਫੋਰਮੇਸ਼ਨ ਦੇ ਬਾਰੇ ਚ ਮੈਂ ਦੱਸਗਾ ਓਨ ਜਿਹਾਂ ਦੇਖੋ ਓਨ ਆਕਸੀਜਨ ਓਨ ਆਕਸੀਜਨ ਤੁਸ ਦੇਖੀ ਸਕਦੇ ਹੋ ਇਹ ਸਾਰੇ ਜਗ੍ਹਾ ਆਕਸੀਜਨ ਦੇ ਜਿੱਥੇ ਜਿੱਥੇ ਆਕਸੀਜਨ ਪ੍ਰਾਈਵੇਟ ਵੀ ਮਿਲਦੀ ਹੈ ਓਨ ਦੇ ਫੋਨ ਨੰਬਰ ਓਨ ਦੇ ਵਟਸਐਪ ਨੰਬਰ ਔਰ ਹਰ ਜਗ੍ਹਾ ਅਵੇਲੇਬਲ ਹੈ ਇਸ ਲਈ ਆਕਸੀਜਨ ਕਟੂਆ ਚ ਵੀ ਸ਼੍ਰੀਨਗਰ ਚ ਵੀ ਇਹ ਸਾਰੇ ਸਾਰੇ ਅਲੱਗ-ਅਲੱਗ ਆਕਸੀਜਨ ਦੇ ਸਾਰੇ ਚੀਜ਼ਾਂ ਦੱਸਦੇ ਜਿੱਥੇ-ਇਥੇ ਅਵੇਲੇਬਲ ਹੈ ਫਿਰ ਡਿਸਟ੍ਰਿਕਟ ਐਲਪਲਾਈਨ ਨੰਬਰ ਵੀ ਹੈ ਇਹਦੇ ਚ 108 ਨੰਬਰ ਉੱਪਰ ਕਾਲ ਕਰੋ ਇਹ ਸ਼੍ਰੀਨਗਰ ਦੇ ਨੰਬਰ ਹਨ ਇਹ ਵਗੈਰਾ ਵਗੈਰਾ ਸਾਰੀ ਜਗ੍ਹਾ ਦੇ ਨੰਬਰ ਹਨ ਫਿਰ ਅਗਰ ਕੋਈ ਕਿਸੇ ਦੀ ਪ੍ਰੋਬਲਮ ਆਦੀ ਸਾਹਾਂ ਚ ਪ੍ਰੋਬਲਮ ਆਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਆਦੀ ਤੇ ਇਹ ਸਾਰੀ ਇਨਫੋਰਮੇਸ਼ਨ ਦੱਸਣੀਆਂ ਨੇ ਫਿਰ ਆਫੀਸ਼ੀਅਲ ਇਨਫੋਰਮੇਸ਼ਨ ਸਰਕਾਰੀ ਇਨਫੋਰਮੇਸ਼ਨ ਕੇ ਕੇ ਅੱਜ ਸਰਕਾਰ ਨੇ ਕੀਤਾ ਇਹ ਸਾਰਾ ਕੁਝ ਨਜ਼ਰ ਆਂਦਾ ਹੈ ए बड़ी अच्छी एक वैबसाइट है जो सरकार ने की है ए ए है कोविड रिलीफ के वैबसाइट हूँ इस वैबसाइट की तुसे किस चाली असैस करना है किस चाली दिखना है ओ जानकारी मैं देन लगा कि तुसे, तुसे की करना के की इस वैबसाइट ली तुसे गूगल ऊपर लिखना है कोविड रिलीफ डॉट डॉट जी डॉट इन बड़ा आसान है ਜਿਸਲੇ ਤੂੰ ਸਰਚ ਕਰਗੇ ਤੇ ਸਾਹਮਣੇ ਆਈ ਜਾਣਾ ਹੈ ਕੋਵਿਡ ਜਕੇ ਉਸ ਉਹਦੇ ਉੱਪਰ ਕੋਵਿਡ ਰਲੀਫ ਜਕੇ ਤੁਸੀਂ ਉਹਦੇ ਉੱਪਰ ਕਲਿੱਕ ਕਰਨਾ ਤੇ ਸਾਰੀ ਇਨਫੋਰਮੇਸ਼ਨ ਖੁੱਲੀ ਜਾਣੀ ਹੈ ਤੇ ਹੁਣ ਇੱਕ ਚੀਜ਼ ਮੈਂ ਦੱਸਣਾ ਥੋੜਾ ਜਿਆ ਤੁਸੀਂ ਕਿ ਵੀ ਸਮਾਰਟ ਹੋਣਾ ਪੋਣਾ ਹੈ ਸਮਾਰਟ ਇਸ ਚਾਲੀ ਕਿ ਬਈ ਦੇਖੋ ਤੁਸੀਂ ਹਸਪਤਲ ਜਾਂਦੇ ਹੋ ਫਟਾਫਟ ਆਂਦੇ ਨੇ ਅੰਦਰੋਂ ਬੈਡ ਨਹੀਂ ਹੈ ਚਲੋ ਨਿਕਲੋ ਦੂਏ ਹਸਪਤਲ ਜਾਓ ਤੁਸੀਂ ਦੂਏ ਹਸਪਤਲ ਚਲੇ ਜਾਂਦੇ ਹੋ ਉੱਥੇ ਵੀ ਆਖਦੇ ਨੇ ਬੈਡ ਨਹੀਂ ਹੈ ਚਲੋ ਨਿਕਲੋ ਫਿਰ ਉਸ ਤਰੀ ਹਸਪੀਟਲ ਜਾਂਦੇ ਆ ਉਧਰ ਵੀ ਆਖਦੇ ਨੇ ਬੈਡ ਨਹੀਂ ਹੈ ਚਲੋ ਨਿਕਲੋ ਫਿਰ ਬੰਦਾ ਪਰੇਸ਼ਾਨ ਹੋ ਜਾਂਦਾ ਫਿਰ ਉਹ ਕਦੇ ਸੋਸ਼ਲ ਮੀਡੀਆ ਉੱਪਰ ਪਾਦਾ ਮੀਡੀਆ ਲੈ ਕੇ ਕੰਟੈਕਟ ਕਰਾਦਾ ਮਤਲਬ ਪਰੇਸ਼ਾਨ ਹੋ ਜਾਂਦਾ ਆਪਣੇ ਮਰੀਜ਼ ਕੀ ਕਿੱਥੇ ਲਈ ਜਾ ਉਹਦੀ ਆਕਸੀਜਨ ਡਾਊਨ ਜਾਦੀ ਹੈ ਉਹਦੀ ਪਰੇਸ਼ਾਨੀ ਵਧਾਦੀ ਹੈ ਲੇਕਿਨ ਇੱਕ ਇਨਸਾਨ ਕੀ ਕਰੇ ਉਹਦਾ ਅਟੈਂਡੈਂਟ ਉਸਲੇ ਜਿਸਲੇ ਕੋਈ ਵੀ ਸ਼ਖਸ ਹਸਪੀਟਲਸ ਇਹ ਆਖਦਾ ਬਈ ਚਲੋ ਇੱਥੇ ਕੋਈ ਬੈਡ ਨਹੀਂ ਹੈ ਉਹਨੇ ਕੀ ਖੋਲੀ ਦਸੋ ਇਹ ਜੀ ਏ ਇਨਫੋਰਮੇਸ਼ਨ ਹੈ ਸਰਕਾਰੀ ਇਨਫੋਰਮੇਸ਼ਨ ਤੇ ਤੁਹਾਡੇ ਹਸਪੀਟਲ ਚ ਇਨੇ ਬੈਡ ਪਏ ਨੇ ਕਿਥੇ ਨੇ ਬੈਡ ਦੱਸੋ ਔਰ ਉਹਦੇ ਕੰਨੇ ਕੰਨੇ ਇੱਕ ਨਿਕਾ ਜਾ ਔਰ ਕੰਮ ਦੱਸਣਾ ਕਈ ਵਾਰੀ ਥੋੜੀ ਸਮਾਰਟਨੈਸ ਵਰਤਣੀ ਚਾਹੀਦੀ ਹੈ ਤੇ ਇੱਕ ਕੰਨੇ ਕੋਈ ਬੰਦਾ ਹੋਇਆ ਨਾ ਐ ਥੋੜਾ ਜਿਹਾ ਮੁਸ਼ਕਲ ਕੰਮ ਹੈ ਤੁਸੇ ਵੀ ਸੋਚਣਾ ਹੈ ਕਿ ਉਸਲੇ ਬੰਦਾ ਮਰੀਜ਼ ਬਿਮਾਰ ਹੁੰਦਾ ਹੈ ਲੇਕਿਨ ਇਹ ਬੜਾ ਜ਼ਰੂਰੀ ਵੀ ਹੈ ਕੰਮ ਇਹ ਤੁਹਾਡਾ ਇੱਕ ਇਨੀਸ਼ੀਏਟਿਵ ਨਾ ਆਨੇ ਵਾਲੇ 100 ਬੰਦੇਂ ਕੀ ਬੈਡ ਦਵਾਈ ਸਕਦਾ ਜਿਨੇ ਕੀ ਬੈਡ ਨਹੀਂ ਮਿਲਦਾ ਹੋਏ ਇੱਕ ਬੰਦਾ ਕੀ ਬੋਲਣਾ ਕਿ ਨਾਲ ਛੋਟਾ ਜਿਹਾ ਇੱਕ ਵੀਡੀਓ ਵੀ ਬਣਾ ਹੀ ਲੋ ਮੋਬਾਈਲ ਉੱਪਰ ਤਾਂ ਜੇ ਤੁਸੀਂ ਜਿਹੜਾ ਦੱਸਦੇ ਹੋ ਕਿ ਭਾਈ ਇੱਥੇ ਬੈਠਾ ਹਨ ਤੇ ਅਗਲਾ ਬੰਦਾ ਬੋਲਦਾ ਬੈਠਾ ਨਹੀਂ ਹੈ ਉਹ ਵੀਡੀਓ ਬਣਾ ਲਓ ਵੀਡੀਓ ਬਣਾ ਕੇ ਮੀਗੀ ਭੇਜੋ 9419391050 9419391050 ਫਟਾਫਟ ਮੀਗੀ ਭੇਜੋ ਬਗੈਰ ਰੁਕੇ ਦੇ ਉਹ ਵੀਡੀਓ ਮੈਂ ਤੁਹਾਡਾ ਜਕੇ ਮੀਡੀਆ ਉੱਪਰ ਪਾਈ ਹੋਣਾ ਤੇ ਇਹਦਾ ਜਿਹੜਾ ਹਸਪੀਟਲ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਪੂਰਾ ਕਾਲਾ ਸੱਚਾ ਉਹ ਲੋਕਾਂ ਦੇ ਸਾਹਮਣੇ ਲੈਣਾ ਐ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਲੈਣਾ ਐ ਦੇਖੋ ਨਾ ਕੰਮ ਕਿ ਹੁਆਦਾ ਸਾਡੇ ਗਵਰਨਰ ਸਾਹਿਬ ਦਿਨ ਰਾਤ ਦਿਨ ਨਹੀਂ ਦੇਖਾਦੇ ਰਾਤ ਨਹੀਂ ਦੇਖਾਦੇ ਆਪਣੇ ਜਿੰਨੇ ਵੀ ਬੰਦੇ ਨੇ ਅਫਸਰ ਸਾਰੇ ਦੀ ਮੀਟਿੰਗਾਂ ਲਾਦੇ ਲਗਾਤਾਰ ਨਵੇਂ-ਨਵੇਂ ਅਫਸਰ ਲਿਆਦੇ ਸ਼ਾਹਦ ਇਕਬਾਲ ਚੌਧਰੀ ਕੀ ਜੰਮੂਲਿਆਂ ਦਾ ਇੱਕ ਵੱਡਾ ਕਾਬਿਲ ਅਫਸਰ ਹੈ ਉਸੇ ਲਿਆਂਦਾ ਗਵਰਨਰ ਸਾਹਿਬ 2 ਮਿੰਟ ਹੁੰਦਣ ਕੋਈ ਨਾ ਕੋਈ ਨਵਾਂ ਆਰਡਰ ਕੱਢੀ ਹੋੜਦਣ ਇਹ ਹੋਣਾ ਚਾਹੀਦਾ ਉਨ ਕਈ ਵਾਰੀ ਗਵਰਨਰ ਸਾਹਿਬ ਹੁੰਦਾਏ ਐ ਕਿ ਤੁਹਾਡਾ ਜਿਹੜਾ ਕੰਮ ਹੈ ਨਾ ਤੁਹਾਡੇ ਕੰਮ ਉਪਰ ਨਾ ਕਈ ਸਾਰੇ ਐਸੇ ਲੋਕ ਨੇ ਜਿਹੜਾ ਪਾਣੀ ਛੁੱਟੀ ਹੋਰ ਦੇਣ। ਜੀਆਂ ਤੁਸ ਕੰਮ ਕਰਾ ਦਿਓ ਪਾਣੀ ਛੁੱਟ ਦੇ ਸਾਰਾ ਕੰਮ ਖਰਾਬ। ਉਹ ਕੀ ਕਰਦੇ ਨੇ ਤੁਸੇ ਵੈਬਸਾਈਟ ਕੱਢੀ ਹੋੜੀ ਤੁਸੇ ਦੱਸਿਓੜਿਆ ਇੰਨੇ ਬੈੱਡ ਪੇ ਦੇਣ। ਆਟੋਮੈਟਿਕਲੀ ਉਹ ਅਪਡੇਟ ਹੋ ਰਿਹਾ ਹੈ। ਜੀਆਂ 28 ਬੈੱਡ ਖਾਲੀ ਪੇ ਦੇਣ 2 ਲੱਗੀਏ 26 ਰਹੀਏ ਵਾਪਸ। ਅਪਡੇਟ ਹੋਈ ਹੈ 26 ਹਨ। 3 ਹੋਰ ਲੱਗੀਏ 23 ਰਹੀਏ। ਲੇਕਿਨ ਉਹ 23 ਬੈੱਡ ਹੋਣ ਦੇ ਬਾਵਜੂਦ ਵੀ ਅਗਰ ਮਰੀਜ਼ ਕੀ ਬੈੱਡ ਨਹੀਂ ਮਿਲਦਾ। ਤੇ ਗਵਰਨਰ ਸਾਹਿਬ ਤੁਹਾਡਾ ਜਿਹੜਾ ਕੰਮ ਹੈ ਨਾ ਇਹਦੇ ਉੱਪਰ ਸਾਰਾ ਸਾਰਾ ਪਾਣੀ ਸੁਟਾ ਦੇ ਇਹ ਹਸਪੀਟਲ ਵਾਲੇ ਹਸਪੀਟਲ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਸ ਲਈ ਗਵਰਨਰ ਸਾਹਿਬ ਥੋੜਾ ਜਿਹਾ ਨਾ ਜਿਹੜੇ ਤੁਸੀਂ ਲਾਈਜ਼ਨ ਆਫਸਰ ਬਣਾਇਆ ਨਾ ਕੋਈ ਪੰਜ ਬੰਦੇ ਬਿਠਾਏ ਹਨ ਹਰ ਇੱਕ ਹਸਪੀਟਲ ਚ ਉਹਨ ਬੰਦੇ ਦੀ ਆਖੋ ਕਿ ਇੰਦਾ ਧਿਆਨ ਰੱਖੋ ਕਿ ਭਾਈ ਅਗਰ ਇਹ ਅਗਰ ਇਹ ਨਾ ਕਰਦੇ ਲੋਕਾਂ ਕੀ ਬੈੱਡ ਲਈ ਜਾਂ ਆਕਸੀਜਨ ਲਈ ਜਾਂ ਕੋਈ ਹੋਰ ਪ੍ਰੋਬਲਮ ਦੱਸ ਦੇਣ ਕਿ ਭਾਈ ਸਾਰੇ ਕੋਲ ਵੈਂਟੀਲੇਟਰ ਨਹੀਂ ਹੈ ਤੇ ਇਹਨੇ ਕੀ ਨਾ ਇੰਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਦੋ ਅਫਸਰ ਕੀ ਤੋਂ ਉਹਦੇ ਉੱਪਰ ਕਾਰਵਾਈ ਕਰੋ ਆਪਣੇ ਆਪ ਸਾਰੇ ਸੁਧਰੀ ਆਣਾ ਹੈ ਪਰਸੋਂ ਮੇ ਲਾਲ ਸਿੰਘ ਹੁੰਦੇ ਕਰਨੇ ਗੱਲ ਕਰਾਦਾ ਸੀ ਗਵਰਨਰ ਸਾਹਿਬ ਉਹ ਆਖਦੇ ਮੀਗੀ ਦਿਓ ਥੋੜੇ ਦਿਨ ਲਈ ਮੈਂ ਕੋਈ ਸੈਲਰੀ ਸਲਰੀ ਵੀ ਨਹੀਂ ਲੈਣੀ ਹੈ ਮੈਂ ਆਪਣੀ ਇਸ ਕੋਵਿਡ ਦੇ ਟਾਈਮ ਉੱਪਰ ਆਪਣੀ ਯੋਗਦਾਨ ਦੇਗਾ ਥੋੜਾ ਬਹੁਤ ਹੈਲਪ ਕਰਗਾ ਤੁਹਾਡੀ ਅਗਰ ਗਵਰਨਰ ਸਾਹਿਬ ਤੁਸੀਂ ਲਾਲ ਸਿੰਘ ਹੁੰਦੀ ਹੈਲਪ ਲੋ ਨਾ ਤੇ ਇੱਕ ਬੜਾ ਹੀ ਅੱਛਾ ਕੰਮ ਹੋਣਾ ਔਰ ਉੰਦੇ ਟਾਈਮ ਵੀ ਜਿਸਲੇ ਉਹ ਹੈਲਥ ਮਨਿਸਟਰ ਹੈ ਨਾ ਉਨੇ ਕੁਛ ਬੜੇ ਸਟਰੋਂਗ ਸਟੈਪ ਲਏ ਹੈ ਬੜੇ ਕਠੋਰ ਸਟੈਪ ਬੜੇ ਸਾਰੇ ਐਸੇ ਲੋਕ ਹੈ ਜਿਹੜੇ ਬੜੇ ਸਪਾਰਸ਼ਲ ਆ ਹੀ ਜਾਂਦੇ ਲੇਕਿਨ ਉਹਨੇ ਕੀ ਵੀ ਸਸਪੈਂਡ ਕਰ ਦਿੱਤਾ ਹੈ ਐਸੇ ਸਟੈਪ ਲੈਣ ਦੀ ਸਲੀਪ ਬੜੀ ਲੋੜ ਹੈ ਗਵਰਨਰ ਸਾਹਿਬ ਇੱਕ ਦੋ ਬੰਦਾ ਸਸਪੈਂਡ ਹੋਗ ਨਾ ਆਟੋਮੈਟਿਕਲੀ ਸਾਰੇ ਸਿੱਧੇ ਹੋ ਜਾਣੇ ਇਹ ਸਿੱਧੇ ਤਾਂ ਨਹੀਂ ਹੋ ਆਦਨ ਕਿ ਜੇ ਇਹਨੇ ਕੀ ਪਤਾ ਹੈ ਕਿ ਭਾਈ ਕੁਛ ਨਹੀਂ ਹੋਣਾ ਤੇ ਗਵਰਨਰ ਸਾਹਿਬ ਤੁਸੀਂ ਦੋ ਤਿੰਨ ਬੰਦੇ ਸਸਪੈਂਡ ਕਰੋ ਜਿਹੜੇ ਕੰਮ ਨਹੀਂ ਕਰਾਦੇ ਹਨ ਜਿਹੜੇ ਕੰਮ ਬਿਲਕੁਲ ਨਹੀਂ ਕਰਾਦੇ ਹਨ ਆਪਣੇ ਆਪ ਆਟੋਮੈਟਿਕਲੀ ਸਾਰਾ ਸਿਸਟਮ ਠੀਕ ਹੋ ਜਾਣਾ ਸਾਰੇ ਬੰਦੇ ਟਾਈਮ ਸਿਰ ਆਣਗੇ ਸਾਰੇ ਬੰਦੇ ਟਾਈਮ ਸਿਰ ਜਾਣਗੇ ਸਾਰੇ ਬੰਦੇ ਟਾਈਮ ਸਿਰ ਕੰਮ ਵੀ ਕਰਨਗੇ ਖਾਲੀ ਪ੍ਰੋਬਲਮ ਇਹ ਹੈ ਕਿ ਥੋੜਾ ਜਿਹਾ ਲਟਰਮਸਟ ਹੋਈਏ ਦਿਨ ਲਟਰਮਸਟ ਕਿਹ ਕਿਉਂ ਹੋਣਾ ਤਨਖਵਾ ਵੀ ਮਿਲਾ ਦੀ ਕਰਨੇ ਕਰਨੇ ਇਨਸੈਂਟਿਵ ਵੀ ਆ ਦੇ ਤੇ ਆਮ ਬੰਦਾ ਕਿ ਉਧਰ ਜਾਏ ਗਵਰਨਰ ਸਾਹਿਬ ਆਮ ਬੰਦੇ ਲਈ ਵੀ ਸੋਚੋ ਆਮ ਬੰਦਾ ਇਨਸੈਂਟਿਵ ਨਹੀਂ ਮੰਗਾਦਾ ਆ ਆਮ ਬੰਦਾ ਖਾਲੀ ਆਪਣੇ ਟੈਕਸ ਕਰਨੇ ਜਿਹੜਾ ਇਹ ਹਸਪੀਟਲ ਬਣਦਾ ਇਸ ਹਸਪੀਟਲ ਚ ਆਪਣਾ ਇਲਾਜ ਮੰਗਾਦਾ ਗਵਰਨਰ ਸਾਹਿਬ ਤੂੰ ਉਸ ਇੰਦਾ ਇਲਾਜ ਕਰਾਈ ਦਿਓ ਤੇ ਮੈਂ ਕੱਲ ਵੀ ਆਖਿਆ ਸੀ ਤੂੰ ਉਸ ਇੱਕ ਵਿਕਾਸ ਪੁਰਸ਼ ਤੇ ਕੰਨੇ ਤੂੰ ਦਾ ਨਾਮ ਜਾਣਿਆ ਜਾਂਦਾ ਪੂਰੇ ਦੇਸ਼ ਚ ਤੂੰ ਉਸ ਇੱਕ ਵਿਕਾਸ ਪੁਰਸ਼ ਹੋ ਤੇ ਤੂੰ ਐ ਐਸਾ ਵਿਕਾਸ ਕਰੋ ਇਨ ਹਸਪੀਟਲ ਚ ਕਿ ਭਾਈ ਇੱਥੇ ਕੋਈ ਗਰੀਬ ਆਦਮੀ ਵੀ ਚਲੀ ਜਾਏ ਤੇ ਉਹ ਖੁਸ਼ ਹੋਈ ਜਾਏ ਤੇ ਖੁਸ਼ ਹੋਈ ਆਏ ਉਹ ਇਹ ਨਾ ਸੋਚੇ ਕਿ ਭਾਈ ਪਹਿਲੇ ਮੈਂ ਫੋਨ ਕਰਾਂ ਪਹਿਲੇ ਮੈਂ ਕਿਸੇ ਕੀ ਫੋਨ ਕਰਨਾ ਫਿਰ ਮੇਰਾ ਇਲਾਜ ਹੋਊਗਾ ਫਿਰ ਮੇਗੀ ਬੈੱਡ ਮਿਲਣਾ ਐਸਾ ਨਹੀਂ ਹੋਣਾ ਚਾਹੀਦਾ ਗਵਰਨਰ ਸਾਹਿਬ ਕੁਛ ਐਸਾ ਕਰੋ ਕਿ ਇੱਥੇ ਲੋਕ ਹਸਪੀਟਲ ਜਾਣ ਡਰਨਾਂ ਕਬਰਾਂ ਨਾ ਔਰ ਮਿਗੀ ਹਸਪੀਟਲ ਦੀ ਕੋਈ ਨਿਊਜ਼ ਨਾ ਮਿਲੇ ਮੈਂ ਉਸ ਦਿਨ ਬੜਾ ਖੁਸ਼ ਹੋਣਾ ਜਿਸ ਦਿਨ ਮੈਂ ਹਸਪੀਟਲ ਦੀ ਇੱਕ ਨਿਊਜ਼ ਨਹੀਂ ਕਰਗਾ ਹਾਂ ਇਹ ਜ਼ਰੂਰ ਦੱਸਾਂਗਾ ਕਿ ਭਈ ਹਸਪੀਟਲ 'ਚ ਅੱਛਾ-ਅੱਛਾ ਕੰਮ ਹੋਵਾਦਾ ਮਿਗੀ ਵੀ ਕੋਈ ਸ਼ੋਕ ਨਹੀਂ ਹੈ ਹਸਪੀਟਲ ਦਾ ਬਾਰ-ਬਾਰ ਇਹ ਚੀਜ਼ ਸਾਹਮਣੇ ਲਿਆਉਣ ਦੀ ਕਿ ਭਈ ਇਹ ਚੀਜ਼ ਨਹੀਂ ਹੋਵਾਦੀ ਅਸ ਕੰਮ ਕਰਾ ਰਹੇ ਆ ਆਪਣੇ ਲੋਕਾਂ ਲਈ ਗਰੀਬ ਲੋਕਾਂ ਲਈ ਜ਼ਰੂਰਤਮੰਦ ਅਸ ਕੰਮ ਸਪਾਰਸ਼ੇ ਦੇ ਸਪਾਰਸ਼ੀ ਲੋਕਾਂ ਨੂੰ ਦੇ ਲਈ ਨਹੀਂ ਕਰਾਦੇ ਅਸ ਕੰਮ ਵੀ ਵੀ ਆਈ ਪੀਜ਼ ਲਈ ਨਹੀਂ ਕਰਾਦੇ ਪੋਲਿਟੀਕਲ ਲੋਕਾਂ ਲਈ ਨਹੀਂ ਕਰਾਦੇ ਹਾਂ ਪੋਲਿਟੀਕਲ ਲੋਕਾਂ ਕੀ ਮੈਂ ਆਖਣਾ ਜਿੰਨੇ ਵੀ ਬੀ ਜੀ ਪੀ ਕਾਂਗਰਸ ਤੇ ਐਨ ਸੀ ਤੇ ਪੀ ਡੀ ਪੀ ਦੇ ਜਿੰਨੇ ਵੀ ਨੇਤਾ ਉਹ ਵੀ ਕੁਝ ਆਪਣਾ ਆਪਣਾ ਯੋਗਦਾਨ ਦੇਣ ਬੜੇ ਸਾਰੇ ਤਰੀਕੇ ਨਾਲ ਯੋਗਦਾਨ ਦੇਣ ਦੇ ਇੱਕ ਦੋ ਦਿਨ ਥੋੜੀ ਅਗਰ ਤੁਸ ਨਹੀਂ ਯੋਗਦਾਨ ਦੇ ਆਦੇ ਤੇ ਫਿਰ ਮੈਂ ਦੱਸਗਾ ਕਿ ਕਿਹੜੇ ਕਿਹੜੇ ਤਰੀਕੇ ਤੁਸ ਕਰੀ ਸਕਦੇ ਹੋ ਜਿਹੜੇ ਤੁਸ ਨਹੀਂ ਕੀਤੇ ਫਿਲਹਾਲ ਅਲੇ ਵੀ ਟਾਈਮ ਹੈ ਇਹ ਵੈਬਸਾਈਟ ਜਿਹੜੀ ਦਿੱਤੀ ਹੈ ਲੋਕਾਂ ਕੀ ਮੈਂ ਆਖਣਾ ਆਪਣੇ ਆਪਣੇ ਫੋਨ ਉੱਪਰ ਗੂਗਲ ਚ ਸਰਚ ਕਰੀਏ ਸੇਵ ਕਰੀਏ ਰੱਖੋ ਜਿਵੇਂ ਕਿ ਤੁਸੀਂ ਹਸਪੀਟਲ ਪੁੱਜੋ ਵੈਸੇ ਤੇ ਭਗਵਾਨ ਕਰੇ ਤਾਂ ਹਸਪੀਟਲ ਜਾਣ ਦੀ ਨੋਬਤ ਹੀ ਨਾ ਲੇਕਿਨ ਤੁਸ ਅਗਰ ਜਿਸਲੇ ਹਸਪੀਟਲ ਪੁੱਜ ਦਿਓ ਔਰ ਹਸਪੀਟਲ ਦੇ ਪਾਸਿਆ ਨਾ ਨਾ ਹੁੰਦੀ ਹੈ ਬੈੱਡ ਦੀ ਤੇ ਇਦਾਂ ਸਿਓੜੋ ਇੱਕ ਬੰਦਾ ਦੱਸਿਆ ਦੂਆ ਬੰਦਾ ਛੋਟੀ ਵੀਡੀਓ ਬਣਾਈ ਲੈ ਬਸ ਚੋਰੀ ਕਰਨੇ ਬਣਾਇਓ ਵੀਡੀਓ ਸਾਰੇ ਸਾਹਮਣੇ ਨਹੀਂ ਬਣਾਇਓ ਤੇ ਚੋਰੀ ਕਰਨੇ ਵੀਡੀਓ ਬਣਾਈਏ 94193 91050 ਉਪਰ ਨਾਲ ਸੈਂਡ ਕਰਿਓ ਬਸ ਬਾਕੀ ਮੈਂ ਆਪਣੇ ਸਾਫ ਕਰਨੇ ਉਸ ਚੀਜ਼ ਦੀ ਬੜੇ ਸ਼ੈਲਚਾਲੀ ਗਵਰਨਰ ਸਾਹਿਬ ਤੋੜੀ ਪਜਾਗਾ ਫਿਲਹਾਲ ਮੇਗੀ ਇਜਾਜ਼ਤ ਦਿਓ ਤੇ ਆਪਣਾ ਖਿਆਲ ਰੱਖੋ ਆਪਣੇ ਮਾਤਾ ਪਿਤਾ ਦਾ ਆਦਰ ਸਤਕਾਰ ਕਰੋ ਆਪਣੇ ਗੁਰੂ ਜਨਦਾ ਆਦਰ ਸਤਕਾਰ ਕਰੋ ਹਰ ਹਰ ਧਰਮ ਦਾ ਆਦਰ ਸਤਕਾਰ ਕਰੋ ਸਾਰੇ ਧਰਮ ਇਕੋ ਨੇ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲੋ ਤੇ ਹਾਂ ਆਪਣੇ ਧਰਮ ਦੇ ਖਿਲਾਫ ਵੀ ਨਾ ਸੁਨੋ ਨਾ ਕਿਸੇ ਧਰਮ ਦੇ ਖਿਲਾਫ ਬੋਲੋ ਤੇ ਨਾ ਕਿਸੇ ਨਾ ਆਪਣੇ ਧਰਮ ਦੇ ਖਿਲਾਫ ਸੁਨੋ ਇਹ ਇਹ ਬੜੀ ਇੰਪੋਰਟੈਂਟ ਚੀਜ਼ ਹੈ ਔਰ ਫਿਲਹਾਲ ਕੋਈ ਵੀ ਪ੍ਰੋਬਲਮ ਆਂਦੀ ਹੈ ਤੁਸੀਂ ਮੇਰੇ ਕਿਸੇ ਵੀ ਵੇਲੇ ਵੀ ਕੰਟੈਕਟ ਕਰੀ ਸਕਦੇ ਹੋ ਮੈਂ ਫੋਨ ਨਹੀਂ ਚੁੱਕਾ ਤੇ ਤੂੰ ਉਸਮੇਂ ਇਹ ਐਸਐਮਐਸ ਕਰੋ WhatsApp ਕਰੋ ਧੰਨਵਾਦ اور ਮੇਰੇ ਜਿੰਨੇ ਵੀ ਦਰਸ਼ਕ ਜੰਮੂ ਕਸ਼ਮੀਰ ਦੇ ਪੂਰੇ ਹਿੰਦੁਸਤਾਨ ਦੇ ਸਾਡੀ ਵੀਡੀਓ ਦੇਖ ਦੇਣ ਤੁੰਦਾ ਮਤਾ ਮਤਾ ਧੰਨਵਾਦ ਤੇ ਸਾਡੇ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਬਾਹਰ ਦੇ ਦੇਸ਼ਾਂ ਚ ਵੀ ਬੈਠੇ ਦੇਣ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਬੜੇ سارے ਲੋਗਨ ਸਾਊਥ ਅਫਰੀਕਾ ਵਿੱਚ ਬੈਠੇ ਦੇਖਦੇ ਕੈਨੇਡਾ ਚ ਬੈਠੇ ਦੇਖਦੇ ਦੁਬਈ ਚ ਬੈਠੇ ਦੇਖਦੇ ਅਮਰੀਕਾ ਚ ਵੀ ਬੈਠੇ ਦੇਖਦੇ ਉਹ ਮੈਸੇਜ ਵੀ ਕਰਦੇ ਹਨ اور اج بھی ਮੀਗੀ ਇੱਕ میسج آیا ਤੇ ਤੁੰਦਾ ਬੜਾ ਬੜਾ ਧੰਨਵਾਦ ਤੁਸ ਲੋਗ ਵੀ ਅਗਰ ਆਪਣੇ ਘਰੋਂ ਬਾਹਰ ਹੋ ਤੇ ਮੀਗੀ ਕੰਟੈਕਟ ਕਰੀ ਸਕਦੇ ਹੋ ਔਰ ਅਗਰ ਤੁੰਦੇ ਮਦਰ ਫਾਦਰ ਇੱਥੇ ਕੱਲ ਲੈਣ ਤੁਸ ਕੋਈ ਵੀ ਉਹਨੇ ਕੀ ਪ੍ਰੋਬਲਮ ਹੈ ਵੈਸੇ ਪ੍ਰੋਬਲਮ ਆ ਨਹੀਂ ਚਾਹੀਦੀ ਹੈ ਅਗਰ ਤੁੰਦੇ ਮਾਤਾ ਪਿਤਾ ਇੱਥੇ ਕੱਲ ਲੈਣ ਕੋਈ ਪ੍ਰੋਬਲਮ ਆਂਦੀ ਹੈ ਹਸਪੀਟਲ ਚ ਜਾਕਰ ਜਾਂ ਹੋਮ ਆਈਸੋਲੇਸ਼ਨ ਚ ਉਹਨਾਂ ਦੀ ਕਾ ਰੋਟੀ ਬਣਾਣਾ ਵਾਲਾ ਕੋਈ ਨਹੀਂ ਹੈ ਤੁਸ ਮੀਗੀ ਕੰਟੈਕਟ ਕਰੋ ਜੇ ਕੇ ਮੀਡੀਆ ਪਰਿਵਾਰ ਤੁੰਦੇ ਲਈ ਹਰ ਹਰ ਕੰਮ ਕਰ ਤੇ ਤੁੰਦਾ ਬਿਲਕੁਲ ਪੂਰਾ ਪੂਰਾ ਖਿਆਲ ਰੱਖੋ ਦੇਖਦੇ ਰਹੋ ਜਕੇ ਮੀਡੀਆ ਧੰਨਵਾਦ ਜੈ ਹਿੰਦ ਤੇ ਸਾਰਿਆਂ ਕੀ ਮੇਰੇ ਪਾਸਿਆਂ ਰਾਮ ਰਾਮ